इस वेले की अहम खबर रामा मंडी तो जिथे रामा मंडी के लोगों के वलों अंबेदकर नगर विखे सीवरेज की निकासी ना होने कारण नगर कौंसल खिलाफ जम के नारेबाजी करके अपनी भड़ास कढ़ी गई। इस मौके वार्ड वासियों ने गंदगी भरे पानी दे विच खड़ के नगर कौंसल खिलाफ रोस प्रदर्शन किया। वार्ड वासी औरतों ने रोस जाहिर करदिआं दस्सिआ कि वोटां वेले तां वोटां पवाउण दे लई हदबंदी दे विच समझ लिया जांदा है, परंतु जदों इस मोहल्ला निवासियों नूं गंदगी भरे पानी की समस्या आउंदी है तां नगर कौंसल अधिकारी इह कह दिंदे ने कि इह नगर तां हदबंदी तों बाहर है। उन्होंने मांग की कि सीवरेज पाइपलाइन पवा के इस समस्या तों निजात दवाई जाए, नहीं तो आने वाले समय दे विच प्रदर्शन होर तेज किया जाएगा। जी बहुत ज्यादा यदा पानी का निकास का अगे कोई प्रबंध नहीं है, जड़ी सड़क उच्ची बन गई मूहरों, इस करके हूँ पानी किसी पास भी नहीं जा सकता। हाँ पहला असं कई बार गए जी, वो सानू ये कह देंगे थोड़ा ये कमेटी तो बहर है, वोटा वेले सानू अंदर कर लेंगे। ये जी साडिया एम एल ए ने वोटा ही पवा लेंगे, लोक सभा दी पवा लेंगे, आई पी भी पेंदे ਉਦੋਂ ਬਾਅਦ ਕੀ ਹੈ ਜੀ ਸਾਨੂੰ ਵੋਟਾਂ ਵੇਲੇ ਝਾੜਾ ਕਿਉਂ ਭਾਲ ਲੈਂਦੇ ਵੀ ਕਿੱਥੇ ਕਿੱਥੇ ਬੈਠੇ ਆ, ਜਦੋਂ ਇਹ ਐਮ ਸੀ ਬਣ ਜਾਂਦੇ ਆ, ਐਮ ਐਲ ਏ ਬਣ ਜਾਂਦੇ ਆ, ਅਤੇ ਸਾਡੀ ਕੋਈ ਦੱਸ ਪੁੱਛ ਨਹੀਂ ਹੁੰਦੀ, ਜੇ ਅਸੀਂ ਉਹਨਾਂ ਕੋਲ ਜਾ ਕੇ ਰੋਨੇ ਆ ਪਿੜਦੇ ਹਾਂ, ਇਹ ਕਹਿੰਦੇ ਵੀ ਉਦੋਂ ਤੁਸੀਂ ਤੁਹਾਡੀ ਕਦਰ ਹੁਣ ਹੈ ਹੀ ਨਹੀਂ, ਆਹ ਵੇਖੋ ਅਸੀਂ ਇੱਥੇ ਜਵਾਕਾਂ ਦਾ ਸਾਡਾ ਬੁਰਾ ਹਾਲ ਹੈ, ਅਤੇ ਸਾਨੂੰ ਕਮੇਟੀ ਦੇ ਅੰਦਰ ਕਾਰਨ ਸਾਡੀ ਇਹ ਮੰਗ ਹੈ, ਜਦੋਂ ਸਾਡੀ ਕਮੇਟੀ ਜੇ ਅਸੀਂ ਅੰਦਰ ਹੋ ਗਏ ਸਾਡਾ ਪਾਣੀ ਵੀ ਉਦੋਂ ਸੀਵਰ ਵੀ ਪੈ ਜਾਊਗਾ, ਸਾਡੀਆਂ ਇਹ ਮੰਗਾਂ ਨੇ ਜੀ। ਅਤੇ ਸਾਡੇ ਬੱਚੇ ਅਨਪੜ੍ਹ ਫਿਰਦੇ ਨੇ, ਭੌਂਕਦੇ ਆ, ਜਵਾਕ ਡੀਕਦੇ ਨੇ, ਰਾਤ ਨੂੰ ਕਿਸੇ ਦਾ ਕੋਈ ਬੁੜੀ ਦਾ ਚੂੜਾ ਟੁੱਟ ਗਿਆ, ਕਿਸੇ ਬੰਦੇ ਦਾ ਟੁੱਟ ਗਿਆ, ਅਤੇ ਜ਼ਿੰਮੇਵਾਰ ਕੌਣ? ਕਿਹੜਾ ਐਮ ਸੀ ਇੱਥੇ ਹੁਣ? ਐਮ ਸੀ ਕਿਹੜਾ ਜੀ? ਸੋਮਾ ਜੀ, ਪ੍ਰਧਾਨ ਸਾਹਿਬ ਕਾਲਾ ਸਿੰਘ, ਕਾਲਾ ਆਰਾਮ ਹੈ ਨਾ। ਤੁਸੀਂ ਦੱਸਿਆ ਉਹਨਾਂ ਨੂੰ ਕੁਛ ਮਸਲੇ ਬਾਰੇ? ਹਾਂਜੀ, ਬਹੁਤ ਆ ਕੇ ਮੁੜ ਗਏ ਜੀ ਇੱਥੇ, ਤਾਂ ਕੋਈ ਅੰਤ ਹੀ ਨਹੀਂ ਛੱਡਿਆ ਸਾਨੂੰ, 20-40 ਸਾਲ ਹੋ ਗਏ ਵੋਟ ਪਾਉਂਦਿਆਂ ਨੂੰ, ਸਾਨੂੰ ਉਦੋਂ ਬਰਿਆ ਲੈਂਦੇ ਨੇ, ਹਾਂਜੀ ਐਂ ਕਰਾਂਗੇ ਐਂ ਕਰਾਂਗੇ, ਕਰਦੇ ਸਾਡਾ ਕੁਛ ਹੈ ਨਹੀਂ, ਮਸਲਾ ਕੋਈ ਸਾਡਾ ਹੱਲ ਨਹੀਂ। ਸਾਡੀ ਇਹ ਮੰਗ ਹੈ ਜੀ, ਅਸੀਂ ਪਹਿਲਾਂ ਕਮੇਟੀ 'ਚ ਹੋ ਜਾਈਏ, ਉਦੋਂ ਬਾਅਦ ਸਾਡਾ ਪਾਣੀ ਦਾ ਆਪ ਹੀ ਹੱਲ ਕਰਨਗੇ, ਉਹ ਜਿਹਦੇ 'ਚ ਕਮੇਟੀ 'ਚ ਹੋ ਗਏ ਸਾਡੀ ਸੀਵਰ ਵੀ ਪੈ ਜਾਣਗੇ, ਅਤੇ ਉਹਨੇ ਇੱਕ ਸਾਡਾ ਕੋਈ ਇੱਥੇ ਹੀ ਅਸੀਂ ਕਹੀਏ ਵੀ ਪਾਣੀ ਬੰਦ ਕਰੋ, ਇਹ ਟਪਾਓ, ਨਹੀਂ ਟੱਪਦਾ, ਜਿਹਦੇ ਤੱਕ ਸਾਨੂੰ ਕਮੇਟੀ ਹੀ ਨਹੀਂ ਕਰਦੀ। ਜਦੋਂ ਸਾਡੀ ਜ਼ਮੀਨ ਵੀ ਕਮੇਟੀ ਦੀ ਆ, ਘਰ ਵੀ ਕਮੇਟੀ ਦੇ ਨਾ, ਸਾਨੂੰ ਜਦੋਂ ਕੋਈ ਗਰਾਊਂਡ ਆਉਂਦੀ ਹੈ ਕਮੇਟੀ ਵੱਲੋਂ, ਸਾਨੂੰ ਕੁਛ ਨਹੀਂ ਮਿਲਦਾ ਜੀ, ਸਾਨੂੰ ਕਹਿੰਦੇ ਤੁਸੀਂ ਬਾਹਰ ਹੋ, ਹੁਣ 1.5 ਲੱਖ ਰੁਪਈਆ ਮਿਲੀ ਜਾਂਦਾ ਹੈ ਗਰੀਬਾਂ ਨੂੰ ਸਭ ਪਿੰਡਾਂ 'ਚ, ਸਾਨੂੰ ਕਹਿੰਦੇ ਤੁਸੀਂ ਬਾਹਰ ਦੱਸੋ, ਸਾਡੇ ਬਾਹਰ ਨਹੀਂ, ਝਾੜ ਨਹੀਂ, ਕੁੜੀਆਂ ਨੌਜਵਾਨ ਨੇ ਕਹੋ ਨਾ, ਜਿੱਦਾਂ ਦਾ ਸਵਾਲ ਸਾਡਾ ਹੈਗਾ, ਅਤੇ ਸਾਨੂੰ ਕਹਿੰਦੇ ਨਾ ਕੋਈ ਤੁਹਾਨੂੰ ਮਿਲਦਾ ਨਹੀਂ ਕੁਛ, ਤੁਸੀਂ ਬਾਹਰ ਹੋ। ਜਦੋਂ ਅਸੀਂ ਉਦੋਂ ਤਾਂ ਅਸੀਂ ਬਾਹਰ ਹੋ ਜਾਂਦੇ ਹਾਂ, ਜਦੋਂ ਵੋਟਾਂ ਲੈਂਦੇ ਦਿੰਦੇ ਨਾ, ਉਦੋਂ ਅਸੀਂ ਅੰਦਰ ਹੋ ਜਾਂਦੇ, ਹੁਣ ਫਿਰ ਆਉਣ ਲੱਗ ਜਾਣਗੇ ਸਾਨੂੰ ਬਸ, ਜਦੋਂ ਵੋਟਾਂ ਪਾ ਲਈਆਂ ਉਦੋਂ ਕਹਿੰਦੇ ਨਾ ਜੀ, ਉਦੋਂ ਮਸਲਾ ਹੱਲ ਸੀ, ਹੁਣ ਕੋਈ ਤੁਹਾਡਾ ਮਸਲਾ ਹੱਲ ਨਹੀਂ। ਅਤੇ ਅਸੀਂ ਵੋਟ ਉਹਨੂੰ ਦੇਵਾਂਗੇ ਜੀ, ਜਦੋਂ ਸਾਨੂੰ ਕਮੇਟੀ 'ਚ ਕਰਤੇ ਅਤੇ ਸਾਨੂੰ ਸਬੂਤ ਮਿਲ ਗਿਆ, ਅਤੇ ਸਾਡਾ ਪਾਣੀ ਸੀਵਰ ਸਾਨੂੰ ਉਹਨੂੰ ਪਾਉਣਗੇ, ਉਦੋਂ ਬਾਅਦ ਜਮ੍ਹਾਂ ਨਹੀਂ ਪਾਉਂਦੇ। ਅਸੀਂ ਅੱਜ ਕਹਾਂਗੇ ਜੀ ਸਾਡੇ ਪਾਣੀ ਆਇਆ ਕਰੋ, ਕੁਛ ਨਹੀਂ ਜੀ ਮਸਲਾ ਹੱਲ ਹੁੰਦਾ, 40 ਸਾਲ ਹੋ ਗਏ ਜੀ ਮੈਨੂੰ ਇੱਥੇ, ਕੋਈ ਇੱਥੇ ਕੋਈ ਮਸਲਾ ਨਹੀਂ, ਅਤੇ ਮੈਂ ਐਵੇਂ ਤੁਹਾਨੂੰ ਕਹੀ ਜਾਈਏ ਵੀ ਐਂ ਕਰ ਦਿਓ ਕੁਛ ਨਹੀਂ ਇੱਥੇ ਹੈਗਾ, ਜਿੰਨੇ ਤੱਕ ਸਾਨੂੰ ਅੰਦਰ ਨਹੀਂ ਕਮੇਟੀ ਦੇ ਕਰਦੇ, ਬਾਹਰ ਕਰ ਦਿੰਦੇ ਆ, ਕਮੇਟੀ ਦੇ ਜ਼ਮੀਨਾਂ ਜੀ ਜਦੋਂ ਸਾਰਾ ਕੁਛ ਕਮੇਟੀ ਦਾ, ਅਤੇ ਫਿਰ ਸਾਡੇ ਜਦੋਂ ਮਸਲੇ ਨਹੀਂ ਹੱਲ ਹੁੰਦੇ, ਜਦੋਂ ਸਾਨੂੰ ਗਰਾਊਂਡ ਮਿਲਦੇ ਉਦੋਂ ਕਹਿੰਦੇ ਨਾ ਬੀਬੀ ਤੁਹਾਨੂੰ ਨਹੀਂ ਕੁਛ ਇੱਥੇ ਮਿਲਦਾ, ਅਤੇ ਤੂੰ ਤਾਂ ਬਾਹਰ ਹੋ। ਸਾਰੀ ਪ੍ਰੋਬਲਮ ਹੈ ਜੀ ਇੱਥੇ ਪਾਣੀ ਦੀ, ਪ੍ਰੋਬਲਮ ਹੈ, ਬੱਚੇ ਜਾਂਦੇ ਪੜ੍ਹਨ ਇੱਥੇ ਲਿਬੜ ਕੇ ਇੱਥੇ ਡਿੱਗਦੇ ਹੈਗੇ, ਅਤੇ ਕੰਮ 'ਤੇ ਜਾਂਦਾ ਬੰਦਾ ਰਾਤ ਨੂੰ ਆਉਂਦਾ, ਉਹ ਬੁਰਾ ਹਾਲ ਹੈ। ਜਿਹੜੇ ਬਥੇਰੇ ਆਉਂਦੇ ਆ ਕੇ ਕਹਿ ਜਾਂਦੇ ਵੀ ਕਰਦਾਂਗੇ, ਹੁੰਦਾ ਕੁਛ ਨਹੀਂ। ਅੱਗੇ ਵੋਟਾਂ ਆ ਰਹੀਆਂ, ਫਿਰ ਤੁਸੀਂ ਕਿਵੇਂ ਕਿਵੇਂ ਕੈਂਡੀਡੇਟ ਆਉਣਗੇ ਤੁਹਾਡੇ ਕੋਲ? ਬਸ ਆਉਣਗੇ, ਉਹਨੂੰ ਡਾ ਲਾਂਗੇ, ਹੋਰ ਕੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਸਾਡੀ ਤਾਂ ਇਹ ਮੰਗ ਹੈ ਸੀਵਰ ਦੀ, ਇੱਥੇ ਜਦੋਂ ਲੰਘਦੇ ਟੱਪਦੇ ਨੇ, ਇੱਥੇ ਲੀੜਾ ਲੱਤਾਂ ਲਿਬੜ ਜਾਂਦਾ, ਡਿੱਗ ਪੈਂਦੇ ਨੇ ਬੁੱਢੇ ਠੇਰੇ ਵਿਚਾਰੇ, ਅਤੇ ਜਵਾਕ ਜੱਲੇ ਵੇਖ ਵਿਚਾਰੇ ਉਵੇਂ ਤੁਰੇ ਫਿਰਦੇ ਆ, ਕੋਈ ਕੰਮ ਧੰਦਾ ਨਹੀਂ ਮਿਲਦਾ। 2 ਸਾਲ ਹੋ ਗਏ ਜੀਤ ਮਹਿੰਦਰ ਆਇਆ ਸੀਗਾ, ਕਹਿੰਦਾ ਸੀਗਾ ਵੀ ਐਂ ਕਰ ਦਾਂਗੇ ਐਂ ਕਰ ਦਾਂਗੇ, ਵੀ ਕੁਛ ਨਹੀਂ ਬਣਿਆ ਇੱਥੇ, ਕੋਈ ਕੁਛ ਨਹੀਂ ਬਾਤ ਪੁੱਛਦਾ ਜੀ, ਆ ਦਿੰਦੇ ਵੀ ਕਮੇਟੀ ਤੋਂ ਬਾਹਰ ਹੈ, ਜਦੋਂ ਜੀ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਫਿਰ ਸਾਨੂੰ ਉਹ ਕਰ ਲੈਂਦੇ। ਪਾਣੀ ਵੀ ਜੀ ਬਸ ਇਹ ਕਮੇਟੀ 'ਚ ਹੋ ਜਾਏ ਬਸ, ਅਤੇ ਵੀ ਸਾਰਾ ਕੰਮ ਇਹ ਹੱਲ ਹੋਣਾ ਚਾਹੀਦਾ, ਪਾਣੀ ਦਾ ਵੀ ਪਾਣੀ ਨਿਖੜਨਾ ਚਾਹੀਦਾ, ਇਹ ਬਣਨੇ ਚਾਹੀਦੇ ਆ, ਸਿਵਰੇਜ ਪੈਣੇ ਚਾਹੀਦੇ ਆ, ਸਾਡੀਆਂ ਇਹੀ ਮੰਗਾਂ ਨੇ ਜੀ, ਬੱਚਿਆਂ ਨੂੰ ਹੋਰ ਕੰਮ ਧੰਦੇ ਮਿਲਣੇ ਚਾਹੀਦੇ ਨੇ। ਰਾਮਾ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ, NC7 ਨਿਊਜ਼।